ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਜਸ ਸਿੱਧੂ ਐਂਡ ਵੈਲਕਮ ਕਰਦੇ ਹਾਂ ਜਸ ਸਲੀਣਾ ਵਲੌਗ ਚੈਨਲ ਤੇ ਤੁਹਾਡਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸੋ ਮਧੂਲੇ ਜੇ ਲੱਗਦੇ ਹੋਵੋਗੇ ਤੁਹਾਨੂੰ, ਤੇ ਕਾਫੀ ਦਿਨਾਂ ਤੋਂ ਵਲੌਗ ਵੀ ਨਹੀਂ ਤੁਹਾਡੇ ਲਈ ਆਇਆ ਹੈ ਨਾ, ਤੇ ਕਿਉਂਕਿ ਜਿਹੜਾ ਅੱਜ ਵਾਲਾ ਵਲੌਗ ਆ ਗੁੱਡ ਮਾਰਨਿੰਗ ਤੋਂ ਸਟਾਰਟ ਕਰਦੇ ਹਾਂ। ਗੁੱਡ ਮਾਰਨਿੰਗ ਹੋ ਜਾਣੀ ਹੈ ਆਪਣੀ 2 ਮਿੰਟਾਂ ਤਾਈਂ, ਕਿਉਂਕਿ ਟਾਈਮ ਬੱਜ ਗਿਆ ਪੂਰੇ ਰਾਤ ਦੇ 12। ਓਕੇ, ਤੇ ਇਸ ਟਾਈਮ ਅਸੀਂ ਹੈਗੇ ਹਾਂ ਜੀ ਲੁਧਿਆਣੇ ਹੋਸਪਿਟਲ ਦੇ ਵਿੱਚ। ਐਸ਼ ਥੋੜ੍ਹੀ ਠੀਕ ਨਹੀਂ ਸੀਗੀ, ਕਾਫੀ ਦਿਨਾਂ ਤੋਂ ਇਹ ਬਿਮਾਰ ਸੀ ਐਸ਼। ਸੋ ਇਹਦੇ ਕਾਫੀ ਦਿਨ ਕੀ 2 ਮਹੀਨੇ ਤਾਂ ਹੋ ਗਿਆ ਆਪਾਂ ਇੱਕ ਡਾਕਟਰ ਤੋਂ ਮੈਡੀਸਨ ਲੈ ਰਹੇ ਹਾਂ, ਉਸ ਤੋਂ ਪਹਿਲਾਂ ਕਿਸੇ ਹੋਰ ਤੋਂ ਲਿਆ, ਉਹ ਤੋਂ ਵੀ ਫਰਕ ਨਹੀਂ ਪਿਆ, ਆਰਾਮ ਆ ਜਾਂਦਾ ਸੀ, ਬੁਖਾਰ ਫੇਰ ਹੋ ਜਾਂਦਾ ਸੀਗਾ, 10-12 ਦਿਨਾਂ ਦਾ ਬੁਖਾਰ ਹੋ ਜਾਂਦੇ, ਠੀਕ ਹੋ ਜਾਂਦੀ ਫੇਰ ਹੋ ਜਾਂਦਾ ਜੀ। ਸੋ ਇਸ ਟਾਈਮ ਅਸੀਂ ਹੈਗੇ ਦੀਪ ਹੋਸਪਿਟਲ ਦੇ ਵਿੱਚ, ਦੀਪ ਹੀ ਹੈ ਨਾ, ਦੀਪ ਹੋਸਪਿਟਲ ਦੇ ਵਿੱਚ ਅਸੀਂ ਇਸ ਟਾਈਮ, ਤਾਂ ਤੁਹਾਨੂੰ ਐਸ਼ ਨਾਲ ਮਿਲਾਉਣੇ ਆ। ਕਾਕਾ ਸੁੱਤਾ ਪਿਆ ਸਾਡਾ, ਸੋ ਐਸ਼ ਨੂੰ ਇੱਥੇ ਐਡਮਿਟ ਕੀਤਾ ਹੋਇਆ। ਸੋਇਆ ਬਹੁਤ ਐਸ਼ ਦੇ ਵਿੱਚ ਡ੍ਰਿਪ ਵਾਲੀ ਲੱਗੀ ਹੋਈ ਹੈ ਸਾਰੀ, ਦੇਖੋ ਸੋ ਕਹਿੰਦੇ ਹੁੰਦੇ ਨਾ ਕਿ ਆਪਦਾ ਕੁਛ ਦੁਖਣ ਲੱਗ ਜੇ ਬੱਚੇ ਦਾ ਨਾ ਕੁਛ ਦੁਖੇ, ਅਤੇ ਇਹਦੇ ਹੁਣ ਟੈਸਟ ਟੁਸਟ ਕਰਾਏ ਆ, ਇਹਨੂੰ ਨਮੂਨੀਆ ਆਇਆ ਟੈਸਟਾਂ ਦੇ ਵਿੱਚ, ਡਾਕਟਰ ਕਹਿੰਦੇ ਵੀ 2-3 ਦਿਨ ਇਹਨੂੰ ਐਡਮਿਟ ਆਪਾਂ ਕਰਾਂਗੇ ਇੱਥੇ, ਥੋੜ੍ਹੀ ਛਾਤੀ ਦੇ ਵਿੱਚ ਇਨਫੈਕਸ਼ਨ ਆਈ ਆ, ਅਤੇ ਅੱਜ ਕੱਲ੍ਹ ਐਡਮਿਟ ਕਰਾਇਆ ਐਸ਼ ਨੂੰ, ਅੱਜ 2 ਦਿਨ ਆ, ਸ਼ਾਇਦ 2 ਦਿਨ ਇੱਥੇ ਹੋਰ ਰੱਖਣ। ਵੈਸੇ ਐਸ਼ ਠੀਕ ਆ, ਐਕਟਿਵ ਆ, ਟੈਨਸ਼ਨ ਲੈਣ ਦੀ ਲੋੜ ਨਹੀਂ, ਫਿਕਰ ਨਾ ਬਾਹਲਾ ਕਰਿਓ, ਠੀਕ ਆ, ਪੂਰੀ ਐਕਟਿਵ, ਘਰ ਵੀ ਇੱਦਾਂ ਹੀ ਰਹਿੰਦੀ ਆ, ਪੂਰੀ ਇੱਦਾਂ ਐਕਟਿਵ ਰਹਿੰਦੀ ਆ, ਬਟ ਅੰਦਰੋਂ ਜਿਹੜੀ ਪ੍ਰੋਬਲਮ ਹੈਗੀ ਉਹ ਤਾਂ ਹੈ, ਜਿਹੜਾ ਬੱਚਾ ਹੁੰਦਾ ਉਹ ਜਾਣਦਾ ਨਹੀਂ ਇਹ ਚੀਜ਼ ਨੂੰ, ਉਹਨੂੰ ਪਤਾ ਨਹੀਂ ਹੁੰਦਾ ਜੀ। ਆਪਣੀ ਐਸ਼ ਥੋੜ੍ਹੀ ਜਿਹੀ ਸਟਰੋਂਗ ਆ, ਅਤੇ ਉਹ ਫੀਲ ਨਹੀਂ ਕਰਦੀ ਜਿੰਨੀ ਬਿਮਾਰ ਆ, ਬਟ ਉਨਾ ਇਹ ਸ਼ੋਅ ਨਹੀਂ ਕਰਦੀ। ਇਹਦੇ ਟੈਸਟ ਜਿਵੇਂ ਆਏ ਆ, ਡਾਕਟਰ ਦੇਖਦੇ ਆ ਕਿ ਟੈਸਟਾਂ ਦੇ ਹਿਸਾਬ ਨਾਲ, ਉਹ ਕਹਿੰਦੇ ਯਾਰ ਬੱਚਾ ਬਹੁਤ ਜ਼ਿਆਦਾ ਐਕਟਿਵ ਆ, ਵੀ ਦੇਖ ਕੇ ਬੱਚੇ ਨੂੰ ਕਹਿ ਨਹੀਂ ਸਕਦਾ ਵੀ ਇਹਨੂੰ ਇੰਨੀ ਪ੍ਰੋਬਲਮ ਅੰਦਰ ਹੈਗੀ ਆ, ਇਨਫੈਕਸ਼ਨ ਵਗੈਰਾ ਦੀ ਹੈ ਨਾ ਛਾਤੀ ਦੇ ਵਿੱਚ, ਅਤੇ ਜਦੋਂ ਦੀ ਰਿਪੋਰਟ ਆਉਂਦੀ ਆ, ਰਿਪੋਰਟ ਦੇ ਵਿੱਚ ਰਿਪੋਰਟ ਕੁਛ ਹੋਰ ਕਹਿੰਦੀ ਆ ਨਾ, ਕਿ ਜਿਹੜੀ ਇਹਦੀ ਐਨਰਜੀ ਲੈਵਲ ਆ ਉਹ ਕੁਛ ਹੋਰ ਕਹਿੰਦਾ, ਬਟ ਹੁਣ ਸੌ ਰਹੀ ਹੈ ਐਸ਼, ਅਤੇ ਡ੍ਰਿਪ ਲੱਗੀਆਂ ਨੇ, ਪਰ ਇੱਕ ਦਿਨੇ ਇੰਜੈਕਸ਼ਨ ਮੈਂ ਲਾ ਪੂਰੀ ਹੋ ਚੁੱਕੀ ਆ। ਐਸ਼ ਬਹੁਤ ਟਾਈਮ ਸੁੱਤੀ ਪਈ, ਜਦੋਂ ਨੂੰ ਅਸੀਂ ਸੌਣਾ ਵਾ ਮੈਨੂੰ ਲੱਗਦਾ ਉਦੋਂ ਮੈਨੇ ਉੱਠ ਕੇ ਬਹਿ ਜਾਣਾ, ਫਿਰ ਨਹੀਂ ਸੁੱਤਾ ਜਾਣਾ। ਅੱਜ ਤੀਜੀ ਰਾਤ ਆ, ਮੈਂ ਸੁੱਤੀ ਨਹੀਂ ਗਈ, ਇਹ ਕੱਲ੍ਹ ਨਹੀਂ ਸੁੱਤੀ, ਮੇਰੀ ਤੀਜੀ ਰਾਤ ਆ ਅੱਜ ਵੀ ਸੁੱਤਾ ਨਹੀਂ ਗਿਆ ਮੈਂ, ਸੋ ਪ੍ਰੋਗਰਾਮਾਂ ਤੇ ਮੈਂ ਤੈਨੂੰ ਕਹੀ ਜਾਂਦੀ ਤੁਸੀਂ ਸੌਂ ਜਾਓ, ਮੈਂ ਤਾਂ ਚੱਲ ਕਰਨੀ ਆ। ਇੱਕ ਸਾਡੇ ਕੋਲ ਚੱਪਲਾਂ ਦਾ ਜੋੜਾ ਇੱਥੇ ਇੱਕ ਹੀ ਆ, ਆਵੇ ਪੈਰ ਆਵੇ ਖਿੱਚੀ ਪੈਰ ਮਾਰੀ ਜਾਂਦੀ, ਮੇਰੇ ਚੱਪਲਾਂ ਖੋਈ ਜਾਂਦੀ ਹੈ, ਨਹੀਂ ਬਸ ਮੈਂ ਸੌਣਾ, ਫਿਰ ਕੱਲ ਨੂੰ ਵਲੌਗ ਕੰਟੀਨਿਊ ਕਰਾਂਗੇ, ਠੀਕ ਆ। ਤੇ ਬਹੁਤ ਇੱਥੇ ਦੀਪ ਹੋਸਪਿਟਲ ਦੇ ਵਿੱਚ ਨਾ ਸਪੈਸ਼ਲੀ ਬੱਚਿਆਂ ਦਾ ਹੋਸਪਿਟਲ ਆ, ਠੀਕ ਆ, ਤੇ ਇੱਥੇ ਇੰਨੇ ਜ਼ਿਆਦਾ ਬੱਚੇ ਆਉਂਦੇ ਆ ਨਾ, ਚੀਕਾਂ ਰੋਲੀ ਪਈ ਜਾਂਦੀ ਆ, ਦਿਲ ਨੂੰ ਕੁਛ ਹੁੰਦਾ ਤੇ ਦੇਖਿਆ ਨਹੀਂ ਜਾਂਦਾ ਹੈ ਨਾ, ਸਾਰਿਆਂ ਨੂੰ ਬਹੁਤ ਫਿਕਰ ਹੁੰਦਾ ਨਿੱਕੇ। ਜਦੋਂ ਐਸ਼ ਦਾ ਇਹਨੇ ਜਨਮ ਲਿਆ ਸੀ ਨਾ, ਉਦੋਂ ਜਦੋਂ ਮੈਂ ਤੁਸੀਂ ਮੇਰੀ ਸਟੋਰੀ ਸਾਹਿਬ ਦੇਖੀ, ਨੇਜ਼ਲ ਬੋਨ ਕਹਿੰਦੇ ਐਬਸੈਂਟ ਆ, ਕਹਿੰਦੇ ਬੱਚੇ ਦੀ, ਕਹਿੰਦੇ ਸੀ ਜੇ ਬੱਚੇ ਨੂੰ ਜਨਮ ਟਾਈਮ ਸਾਹ ਨਾ ਆਇਆ, ਸਾਹ ਲੈਣ ਦੇ ਵਿੱਚ ਪ੍ਰੋਬਲਮ ਆਈ ਤਾਂ ਬੱਚੇ ਨੂੰ ਇਸ ਹੋਸਪਿਟਲ ਦੇ ਵਿੱਚ ਭੇਜਣਾ ਪਊਗਾ, ਬਟ ਉਦੋਂ ਜਨਮ ਤੋਂ ਬਾਅਦ ਕੋਈ ਇੱਦਾਂ ਦਾ ਇਸ਼ੂ ਨਹੀਂ ਕ੍ਰੀਏਟ ਹੋਇਆ ਸੀਗਾ, ਕਿ ਵਧੀਆ ਐਸ਼ ਨੋਰਮਲ ਸੀਗੀ, ਕੋਈ ਪ੍ਰੋਬਲਮ ਨਹੀਂ ਆਇਆ, ਪਰ ਦੀਪ ਹੋਸਪਿਟਲ ਦੇ ਵਿੱਚ ਰੋਟੀ ਪਾਣੀ ਲਿਖਿਆ ਸੀ ਆਪਣਾ ਅੱਜ ਤੋਂ 6 ਸਾਲ ਪਹਿਲਾਂ, ਆਉਂਦੇ ਆਉਂਦੇ ਬਾਰਾ ਹੁਣ ਆਉਣਾ ਪੈ ਗਿਆ ਇੱਥੇ ਆਪਾਂ ਨੂੰ, ਹੈ ਨਾ।
ਠੀਕ ਆ, ਇੰਜੈਕਸ਼ਨ ਲੱਗੀ ਹੋਈ ਡ੍ਰਿਪ ਹੱਥ 'ਤੇ ਲੱਗਦੀ ਹੈ ਨਾ, ਉਹ ਫਿਰ ਵਿੱਚ ਹੀ ਟੀਕਾ ਲਾ ਜਾਂਦੇ ਆ ਕੇ ਉਹਦੇ। ਅੱਜ ਦਿਨ ਮੈਥੋਂ ਲਵਾਇਆ, ਮੇਰੇ 'ਤੇ ਬਾਹਲਾ ਵਿਸ਼ਵਾਸ ਕਰਦੀ ਆ ਉਹ, ਜਿਹੜੀ ਤੂੰ ਲਾਏ ਪੀੜ ਲਾਉਂਦੇ ਆ। ਫਿਰ ਮੈਂ ਆਪਦੇ ਹੱਥ ਨਾਲ ਲਾਇਆ, ਫਿਰ ਆਰਾਮ ਨਾਲ ਖੜ ਕੇ ਲਵਾ ਲਿਆ। ਵਿਚਾਰੀਆਂ ਸਕੂਲੋਂ ਵੀ ਛੁੱਟੀਆਂ ਹੋ ਗਈਆਂ, ਇਹਦੇ ਕੱਚੇ ਪੇਪਰ ਚੱਲਦੇ ਨੇ। ਹਾਂ ਉਹਦਾ ਵੀ ਮੈਡੀਕਲ ਉੱਥੇ ਕੱਲ੍ਹ ਨੂੰ ਦੇਣਾ ਵਾ। ਚਲੋ ਦੇਖਦੇ ਹਾਂ ਕੀ ਬਣਦਾ, ਇਸ ਠੀਕ ਹੋ ਜੇ ਹੈ ਨਾ, ਫਿਰ ਕੋਈ ਦੁੱਖ ਨਹੀਂ ਹੁੰਦਾ ਹੈਗਾ, ਬੱਚਾ ਠੀਕ ਹੋ ਜੇ, ਕੋਈ ਚੱਕਰ ਨਹੀਂ ਹੁੰਦਾ। ਅਤੇ ਓਕੇ ਆ, ਬਾਕੀ ਜ਼ਿਆਦਾ ਟੈਨਸ਼ਨ ਨਾ ਲਿਓ। ਬਾਕੀ ਤੁਹਾਨੂੰ ਸਵੇਰੇ ਮਿਲਾਉਣੇ ਆ, ਹੁਣ ਰਾਤ ਹੋ ਗਈ ਆ, ਅਤੇ ਸੁਬਾਹ ਮਿਲਾਉਣੇ ਆ ਤੁਹਾਨੂੰ ਐਸ ਜੀ ਉੱਠ ਕੇ। ਠੀਕ ਆ, ਚਲੋ ਫਿਰ ਹੁਣ ਸੌਂਜ ਗਏ, ਕੱਲ੍ਹ ਨੂੰ ਫਿਰ ਪ੍ਰੋਗਰਾਮ, ਪਰਸੋਂ ਫਿਰ ਪ੍ਰੋਗਰਾਮ ਆ, ਅਤੇ 3 ਦਿਨ ਹੋ ਗਏ ਮੈਂ ਆਲਰੇਡੀ ਪਹਿਲਾਂ ਨਹੀਂ ਸੁੱਤਾ, ਦੇਖੋ ਕੀ ਹਾਲ ਹੋ ਪਿਆ, ਅੱਜ 3ਜੀ ਰਾਤ ਆ। ਠੀਕ ਆ, ਡਾਕਟਰ ਸਾਹਿਬ ਦੀ ਵੇਟ ਕਰ ਰਹੇ ਹਾਂ, ਡਾਕਟਰ ਸਾਹਿਬ ਰਾਊਂਡ ਲਾਉਣ ਆਉਂਦੇ ਸੀ ਪਹਿਲਾਂ 10 ਵਜੇ, 10:30 ਵਜੇ, ਇਸ ਟਾਈਮ ਰਾਤ ਦੇ 12 ਵੱਜ ਗਏ ਆ। ਸੋ ਸੋਇਆ ਵੀ ਨਹੀਂ ਜਾਂਦਾ, ਅਗਰ ਨਹੀਂ ਤਾਂ ਸੌ ਜਾਂਦੇ, ਚੱਲ ਇਹ ਸੁੱਤੀ ਸੀ, ਅਸੀਂ ਨੀਂਦ ਲਾ ਲੈਂਦੇ ਥੋੜ੍ਹੀ 1-2 ਘੰਟੇ। ਸੋ ਡਾਕਟਰ ਸਾਹਿਬ ਨੇ ਆਉਣਾ, ਕੁਛ ਉਹਨਾਂ ਨੂੰ ਪੁੱਛਣਾ ਅਸੀਂ ਰਿਪੋਰਟਾਂ ਬਾਰੇ ਹੈ ਨਾ, ਅਤੇ ਚਲੋ ਦੇਖਦੇ ਹਾਂ ਕੀ ਬਣਦਾ। ਠੀਕ ਆ, ਲਓ ਜੀ ਗੁੱਡ ਮਾਰਨਿੰਗ, ਸਾਡਾ ਪੁੱਤ ਕਿੱਦਾਂ, ਸਟੀਮ ਲੈ ਰਿਹਾ, ਸਿਆਣਾ ਬਹੁਤ ਹੈ ਇਸ ਕਾਕਾ ਸਾਡਾ, ਆਪ ਇੱਦਾਂ ਕੰਮ ਤਾਂ ਡਾਕਟਰ ਨੇ ਸਾਡਾ ਪੁੱਤ ਆਪ ਹੀ ਕਰ ਲੈਂਦਾ ਹੈ ਨਾ, ਹੈ ਸ਼ ਲਓ ਵੀ ਦੋਸਤੋ, ਐਸ਼ ਹੁਣ ਆਪਣਾ ਠੀਕ ਆ ਬਹੁਤ ਹੱਦ ਤੱਕ, ਅਤੇ ਅੱਜ ਮਿਲ ਜਾਣੀ ਹੈ ਛੁੱਟੀ ਐਸ਼ ਨੂੰ, ਅਤੇ ਅੱਜ ਐਸ਼ ਨੇ ਜਾਣਾ ਆਪਦੇ ਸ਼ੈਂਕੀ ਕੋਲ, ਸ਼ੈਂਕੀ ਨੂੰ ਬਹੁਤ ਮਿਸ ਕਰਦੀ ਹੈ, ਸ਼ੈਂਕੀ ਨਾਲ ਬਹੁਤ ਖੇਡਦਾ ਹੁੰਦਾ ਪੁੱਤ ਮੇਰਾ, ਹਾਲੇ ਸੁੱਤਾ ਪਿਆ ਹੋਇਆ ਨਾ, ਅੱਜ ਆਪਾਂ ਸ਼ੈਂਕੀ ਕੋਲ ਜਾਣਾ ਐਸ਼, ਡਾਕਟਰ ਕਹਿੰਦਾ ਚੱਲ ਜਾਓ ਘਰੇ, ਡਾਕਟਰ ਕਹਿੰਦਾ ਛੁੱਟੀ ਛੁੱਟੀ ਅੱਜ ਮਿਲ ਗਈ ਆਪਾਂ ਨੂੰ, ਅੱਜ ਆਪਾਂ ਘਰੇ ਜਾਣਾ, ਚੰਗਾ ਚੰਗਾ ਉੱਥੇ ਚੱਲ ਵੜਾਂਗੇ, ਪਰ ਆਪਾਂ ਇੱਥੇ ਛੁੱਟੀ ਮਿਲ ਜਾਣੀ ਅੱਜ ਆਪਣੀ ਇੱਥੋਂ, ਅੱਜ ਆਪਾਂ ਨੂੰ ਛੁੱਟੀ ਮਿਲ ਜਾਣੀ ਆ, ਨੀਂਦ ਆਉਂਦੀ ਆ ਸਿੱਧੂ ਕੋਲ ਜਾਂਦਾ, ਚੱਲਦੇ ਹਾਂ ਬਸ ਫਿਰ, ਚੰਗਾ। ਅਤੇ 7 ਦਿਨ ਹੋ ਗਿਆ, 6-7 ਦਿਨ ਹੋ ਗਏ ਲਗਾਤਾਰ ਅਸੀਂ ਦੀਪ ਹੋਸਪਿਟਲ ਦੇ ਵਿੱਚ ਸੀਗੇ, ਅਤੇ ਐਸ਼ ਨੂੰ ਹੋ ਗਿਆ ਸੀ ਨਮੋਨੀਆ, ਜਿਹਦੇ ਕਰਕੇ ਛਾਤੀ ਕਾਫੀ ਜ਼ਿਆਦਾ ਖੜਕਣ ਲੱਗ ਗਈ ਸੀਗੀ, ਅਤੇ ਪਰ ਅੱਜ ਛੁੱਟੀ ਮਿਲ ਜਾਣੀ ਮੇਰੇ ਪੁੱਤ ਨੂੰ। ਠੀਕ ਆ, ਅੱਜ ਅਸੀਂ ਜਾਣਾ ਘਰ ਨੂੰ, ਹੈ ਨਾ, ਹੈ ਨਾ ਐਸ਼, ਮੈਂ ਕੁੱਕੂ ਜੀ ਨੇ ਸੂਈਆਂ ਲਾਤੀਆਂ ਨਿੱਕੇ ਜੀ ਦੇ, ਹੈਂ ਚੱਲ ਬਸ ਚੁੱਚੂ ਨਾ, ਚੱਲ ਕਰੋ ਆਪ ਪੈਪ ਲਵਾ ਦਾਂ ਤੇਰੀ, ਫਿਰ ਚੱਲਦੀ ਹਾਂ, ਠੀਕ ਠੀਕ ਚੱਲ। ਹਾਂ